ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਿੰਮਾ ਬਾਈ ਆ ਗਿਆ ਡਿਊਟੀ ਲਾ ਕੇ। ਸਤਿ ਸ੍ਰੀ ਅਕਾਲ ਜੀ। ਅਮਨਾ ਵੀ ਆ ਗਿਆ ਡਿਊਟੀ ਲਾ ਕੇ। ਅਤੇ ਦੇਖੋ ਜੀ, ਉੱਥੋਂ ਇਹ ਡਿਊਟੀ ਲਾ ਕੇ ਆਇਆ, ਨਿੰਮਾ ਬਾਈ ਥੱਕਿਆ ਹੋਇਆ ਅਤੇ ਇੱਧਰ ਅਮਨਾ ਬਾਈ ਵੀ ਥੱਕਿਆ ਹੋਇਆ। ਇਹ ਮੇਰੇ ਵਾਸਤੇ ਥੋੜ੍ਹਾ ਜਿਹਾ ਪਿਆਰ ਲੈ ਕੇ ਆਇਆ, ਉੱਥੋਂ ਪ੍ਰਸ਼ਾਦ ਲੈ ਕੇ ਆਇਆ ਮੇਰੇ ਵਾਸਤੇ। ਬਾਈ ਤੁਹਾਡਾ ਸਿਰ ਮੱਥੇ ਆ ਪਿਆਰ ਤੁਹਾਡਾ ਜੋ ਤੁਸੀਂ ਮੈਨੂੰ ਦੇ ਰਹੇ ਇੰਨਾ, ਅਤੇ ਇਹਨੂੰ ਮੈਂ ਫਟਮੜ ਜਿਹੀ ਹੋਰ ਗੱਲਾਂ ਪਤਾ ਕਰਦੇ ਪਾ। ਅਤੇ ਹੁਣ ਮੈਨੂੰ ਐਂ ਦੱਸੋ ਵੀ ਉੱਥੇ ਥੋੜ੍ਹਾ ਦਿਨ ਕਿੱਦਾਂ ਰਿਹਾ? ਵਧੀਆ ਰਿਹਾ? ਬਹੁਤ ਵਧੀਆ ਰਿਹਾ, ਬਹੁਤ ਵਧੀਆ ਟਾਈਮ ਲੰਘ ਗਿਆ। ਅਤੇ ਆਪਾਂ ਮੈਂ ਇਨਫੋਰਮੇਸ਼ਨ ਦਿੱਤੀ ਸੀ ਵਿੱਚ ਵੀ ਜੇ ਕੋਈ ਉੱਥੇ ਮਿਲਣਾ ਚਾਹੁੰਦਾ ਤੁਹਾਨੂੰ ਕੋਈ ਮਿਲਣ ਆਇਆ ਕੋਈ ਫੈਨ? ਹਾਂ, ਸਾਡੇ ਦੋ ਫੈਨ ਆਏ ਤੇ। ਹਾਂ ਹਾਂ, ਸਾਡੇ ਦੋ ਫੈਨ ਆਏ ਤੇ। ਜੱਫੀ ਪਾ ਕੇ ਮਿਲੇ। ਚਲੋ ਵੀਡੀਓ ਬਹੁਤ ਵਧੀਆ ਬਣਾਉਂਦੀ। ਅੱਛਾ, ਇਹਨੂੰ ਤੇਰਾ ਨਿੰਮੇ ਦਾ ਕਿਹਾ ਕਿਹਾ? ਰਾਤ ਨੂੰ ਕਿੰਨੇ ਵਜੇ ਸ਼ੁਰੂ ਹੋਇਆ? 10 ਵਜੇ ਮੀਂਹ ਸ਼ੁਰੂ ਹੋਇਆ। ਸਵੇਰੇ 10 ਵਜੇ ਸੰਗਤਾਂ ਦਾ ਇਕੱਠ ਫਿਰ ਬਹੁਤ ਆਈ ਗਏ ਜਾਈ ਗਏ ਮੀਂਹ ਵੀ ਆਈ। ਨਹੀਂ, ਉੱਥੇ ਜਿਹੜੀ ਸੰਗਤ ਆਉਂਦੀ ਆ ਆਪਣੇ ਪੰਜਾਬ ਚੋਂ ਆਉਂਦੀ ਬਾਹਰੋਂ ਆਉਂਦੀ ਆ? ਬਈ ਮੁਗਲੇ ਵੀ ਆ, ਬਾਹਰ ਦੇ ਵੀ, ਸਾਰੀ ਆ, ਪੰਜਾਬ ਦੇ ਵੀ ਆ, ਬਾਹਰ ਦੇ ਵੀ ਆ। ਅੱਛਾ, ਰੋਪੜ ਦੇ ਵੀ ਆ, ਲਾਲੇ ਜ਼ਿਆਦਾ। ਅੱਛਾ ਅੱਛਾ, ਦੇਖੋ ਯਾਰ, ਹਰੇਕ ਦੀ ਆਪਣੀ ਆਪਣੀ ਸ਼ਰਧਾ। ਇਸ ਦੇ ਖਿਲਾਫ ਮੈਂ ਕਦੇ ਵੀਡੀਓ ਪਾਈ ਨਹੀਂ ਵੀ ਧਾਰਮਿਕ ਮੁੱਦਾ। ਦੇਖੋ ਵੀ ਮੈਂ ਕੋਈ ਗੱਲ ਵਿੱਚ ਗਲਤ ਕਹਿ ਦੇਵਾਂ, ਆਪਾਂ ਕਹਿੰਦੇ ਹਰੇਕ ਧਰਮ ਦੇ ਬਾਰੇ ਰਿਸਪੈਕਟ ਕਰਨੀ ਚਾਹੀਦੀ ਆ, ਵੀ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਜਿਸ ਧਰਮ ਦੇ ਵਿੱਚ ਆਪਾਂ ਹੈਗੇ ਉਸ ਵਿੱਚ ਪੱਕਾ ਹੋ ਕੇ ਚੱਲੋ। ਠੀਕ ਹੈ ਨਿੰਮੇ ਬਾਈ? ਠੀਕ ਹੈ, ਜੇ ਹੁਣ ਨਿੰਮੇ ਰਾਹੀਂ ਗਏ ਸੀ ਇਹਨਾਂ ਨੇ ਆਪਣੀ ਡਿਊਟੀ ਪੂਰੇ ਉਹਦੇ ਨਾਲ ਕਹਿੰਦੇ ਨਾਲ ਨਿਭਾਈ ਤੁਸੀਂ ਆਪਣੇ ਪੂਰੀ ਇਮਾਨਦਾਰ ਨਾਲ ਡਿਊਟੀ ਨਿਭਾਈ ਉੱਥੋਂ ਤੁਸੀਂ। ਠੀਕ ਹੈ, ਜਿਹੜੀ ਮਰਜ਼ੀ ਉਹਦਾ ਇਹ ਆਪਣਾ ਵੀ ਉਹੀ ਆ। ਹਾਂ, ਕਰਨਾ ਹੀ ਪੈਣਾ ਆ। ਬੁੱਧਵਾਰ ਮੈਂ ਕਰ ਦੇਣਾ ਪਾਰਟੀ, ਬੁੱਧਵਾਰ ਤੱਕ ਨਾ ਰੱਬ ਸੁੱਖ ਰੱਖੇ। ਬੁੱਧਵਾਰ ਮੋਬਾਈਲ ਭੈਜ ਲੋਕ ਤੰਗ ਕਰਦੇ ਆ ਬਾਈ, ਥੋੜੇ ਮੋਬਾਈਲ ਨੀ ਆਇਆ ਕਿਹੜਾ? ਅੱਛਾ, ਹਾਂ ਹਾਂ, ਉਹ ਯਾਰ ਵੀਰੇ, ਹਾਂ ਇੱਕ ਹੋਰ ਵੀ ਚੱਕਰ ਖੜਾ ਹੋਇਆ ਵਿੱਚ, ਜਿਹੜਾ ਨਿੰਮੇ ਬਾਈ ਦਾ ਫੋਨ ਆਉਣਾ ਸੀ ਨਾ, ਉਹ ਫੋਨ ਸਾਡਾ ਇੱਥੇ ਇੰਡੀਆ ਆਇਆ ਹੋਇਆ। ਐਕਚੁਅਲੀ ਉਸ ਬੰਦੇ ਦੇ ਘਰਾਂ ਨੂੰ ਕੋਈ ਡੈਥ ਹੋ ਗਈ ਹੈ, ਮੈਂ ਕੀਤਾ ਸੀ ਫੋਨ, ਉਹ ਕਹਿੰਦਾ ਭਰੇ ਅਸੀਂ ਉਹਦੇ ਵਿੱਚ ਉਲਝੇ ਹੋਏ ਹਾਂ, ਥੋੜ੍ਹਾ ਮਾਫ਼ ਕਰਿਓ। ਟੈਲੀਫੋਨ ਸਾਡਾ ਆਇਆ ਹੋਇਆ, ਜਿੱਦਣ ਸਾਨੂੰ ਉਹ ਬੰਦੇ ਨੂੰ ਮੇਲ ਮਿਲਜੂਗਾ, ਦੇਖੋ ਯਾਰ ਕਿਸੇ ਦੇ ਘਰਾਂ 'ਚ ਨਾ ਵੀ ਜਦੋਂ ਤੁਹਾਨੂੰ ਪਤਾ ਵੀ ਰੱਬ ਨਾ ਕਰੇ ਇੱਦਾਂ ਦਾ ਕੰਮ ਹੋ ਜਾਂਦੇ ਨਾ, ਕਿ ਥੋੜ੍ਹੀ ਜਿਹੀ ਪ੍ਰੋਬਲਮ ਖੜੀ ਹੋ ਜਾਂਦੀ ਆ। ਠੀਕ ਹੈ, ਉਸ ਕਰਕੇ ਅਸੀਂ ਮੈਂ ਕੀਤਾ ਸੀ ਫੋਨ, ਕਹਿੰਦੇ ਵੀਰੇ ਮੈਂ ਬਹੁਤ ਉਲਝਿਆ ਹੋਇਆ, ਜਦੋਂ ਮੜਿਆ ਵੇਲ ਹੋ ਗਿਆ ਮੈਂ ਤੁਹਾਨੂੰ ਜਦੋਂ ਉਸ ਬੰਦੇ ਦਾ ਨੰਬਰ ਵੀ ਦੇ ਦੂੰਗਾ, ਤਾਂ ਤੁਸੀਂ ਜਾ ਕੇ ਲਿਆ ਵੀ ਥੋੜ੍ਹਾ ਫੋਨ ਤੁਹਾਡਾ ਉਹ ਕਿਸੇ ਹੋਰ ਦਾ ਨਹੀਂ, ਮਿਲ ਜਾਣਾ ਫੋਨ ਤੁਸੀਂ ਕਹਿੰਦੇ। ਅਸੀਂ ਤਾਂ ਉਸ ਤੋਂ ਬਾਅਦ ਅਸੀਂ ਉਤਾਵਲੇ ਹੋਏ ਹੋਏ ਹਾਂ, ਅਤੇ ਬਾਈ ਦਾ ਮੈਂ ਮੈਸੇਜ ਆ ਲਿਆ ਇੱਕ ਦੋ ਵਾਰੀ ਮੈਨੂੰ, ਕੱਲ੍ਹ ਕਹਿੰਦਾ ਵੀਰੇ ਟੈਨਸ਼ਨ ਲਓ ਤੁਸੀਂ, ਮੈਂ ਥੋੜ੍ਹਾ ਉਲਝਿਆ ਇੱਧਰ ਉੱਧਰ ਕਰਕੇ, ਜੇ ਮੈਂ ਇੰਡੀਆ ਉਸ ਬੰਦੇ ਨੂੰ ਫੋਨ ਨਹੀਂ ਲਾਇਆ ਹੋਇਆ ਹਾਲ ਤੱਕ। ਮੈਂ 3 ਫੋਨ ਆਏ ਹੋਏ ਆ ਬੰਦੇ, 3 ਬੰਦਿਆਂ ਨੇ ਮੈਨੂੰ ਟੈਲੀਫੋਨ ਕਰ ਲਏ, ਕਹਿ ਲਿਆ ਇਹ ਚੀਜ਼ ਵੀ ਜੇ ਤੁਹਾਨੂੰ ਫੋਨ ਚਾਹੀਦਾ ਸਾਨੂੰ ਦੱਸ ਦਿਓ। ਮੈਂ ਹੁਣ ਜਿਸ ਬੰਦੇ ਨੇ ਕਿਸੇ ਬੰਦੇ ਨੇ ਟੈਲੀਫੋਨ ਭੇਜ ਤਾ, ਅਤੇ ਆਪਾਂ ਉਹਦੇ ਕੋਲ ਤੋਂ ਲੈ ਆਵਾਂਗੇ ਜਾ ਕੇ। ਠੀਕ ਹੈ ਨਿੰਮੇ ਬਾਈ, ਹੋਰ ਕੋਈ ਨਿੰਮੇ ਬਾਈ ਕੋਈ ਨਵੀਂ ਤਾਜ਼ੀ ਗੱਲਬਾਤ ਸੁਣਾ? ਕੋਈ ਥੱਕਿਆ ਹੋਣਾ ਤੁਸੀਂ ਜਾਓ ਫਿਰ ਦਮਨੇ ਤੂੰ। ਹਾਂ, ਕੱਲ੍ਹ ਫਿਰ ਇਹ ਪਾਉਣਾ ਪਰ ਨਿੰਮੇ ਨਾਲੇ ਬੱਲੀਆਂ ਦੋ ਛੱਡਣੀਆਂ ਨੇ। ਕਿੱਥੇ ਕਹਿੰਦਾ ਛੱਡਣੀ ਨਹੀਂ, ਉੱਥੇ ਹੀ ਪਈਆਂ ਉਹ ਤੇਰੇ ਕਰਕੇ। ਕੱਲ੍ਹ ਪਰਸੋਂ 3-12 ਰੁਪਏ ਪੈ ਗਏ ਤੇਰੇ ਵੱਲ, ਛੱਡ ਆਉਂਦੇ ਆ ਅੱਜ ਤਾਂ, ਹੁਣ ਤੂੰ ਰੈਸਟ ਕਰ ਲੈ, ਕੱਲ੍ਹ ਛੱਡਿਆ ਹੋਰ 4 ਰੁਪਏ ਫਿਰ ਪੈ ਜਾਣ ਤੇ ਕੋਈ ਨਹੀਂ। ਕਿੰਨਾ ਕਾ? 4 ਰੁਪਏ ਇੱਕ ਦਿਨ ਦੇ, 4 ਰੁਪਏ ਪੈ ਰਹੇ ਉਹਨਾਂ ਦੇ। ਕੋਈ ਨਹੀਂ, ਫਿਰ ਸ਼ਾਮ ਤੱਕ ਦੇਖ ਲੈਂਦੇ ਫਿਰ। ਹਾਂ ਹਾਂ, ਆ ਭਾਈ ਕਿੱਦਾਂ ਹੈ? ਮੈਂ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨਾ ਚਾਹੁੰਦਾ ਵੀ ਮੈਨੂੰ ਨਾ ਰੋਪੜੋਂ ਮੇਰੇ ਸ਼ਹਿਰ ਵਿੱਚੋਂ ਨਾ, ਜਿੱਥੇ ਮੇਰਾ ਸਾਡਾ ਰੋਪੜ ਸ਼ਹਿਰ ਆ, ਉੱਥੇ ਨਾ ਦਰਿਆ ਚੱਲਦਾ ਸਤਲੁਜ ਦਰਿਆ, ਅੱਜ ਕਹਿੰਦੇ ਵੀ ਪਾਣੀ ਮੀਂਹ ਬਹੁਤ ਪਿਆ, ਰਾਤ ਦਾ ਹੀ ਪੈ ਰਿਹਾ ਨਾ ਮੀਂਹ ਉੱਥੇ, ਅਤੇ ਉਹ ਬਹੁਤ ਉਹਦੇ ਪਰ ਆਇਆ ਹੋਇਆ ਵੀ ਕਹਿੰਦੇ ਨੇ ਵੀ ਓਵਰਫਲੋ ਚੱਲ ਰਹੇ, ਸਾਰੇ ਗੇਟ ਖੋਲ੍ਹੇ ਪਏ ਆ ਉਹ। ਅਤੇ ਮੈਨੂੰ ਕਈ ਫੋਨ ਵੀ ਆਏ ਮੈਸੇਜ, ਕਹਿੰਦੇ ਭਾਅ ਜੀ ਇੱਥੇ ਦੀ ਆ ਕੇ ਵੀਡੀਓ ਬਣਾ ਲਓ। ਵੀ ਮੈਂ ਕਿਹਾ ਵੀ ਦੇਖੋ, ਆਪਾਂ ਹੈਗੇ ਪਿੰਡਾਂ 'ਚ ਜਿਹੜੇ, ਆਪਾਂ ਕਿਹੜੇ ਰਿਪੋਰਟਰ ਹਾਂ ਵੀ ਮੈਂ ਕੋਈ ਨਿਊਜ਼ ਲਾਉਣੀ ਅਖਬਾਰ ਦੇ ਵਿੱਚ। ਚਲੋ ਅਸੀਂ ਜਾਵਾਂਗੇ ਕਿਤੇ ਘੁੰਮ ਫਿਰ ਕੇ, ਤੁਹਾਨੂੰ ਉੱਥੇ ਦਿਨ ਮੈਂ 2 ਵੀਡੀਓ ਬਣਾ ਕੇ ਪਾ ਵੀ ਚੁੱਕਿਆ ਉੱਥੇ ਦੀ ਮੈਂ। ਅਤੇ ਨਿੰਮੇ ਬਾਈ ਦੱਸੋ ਤਾਂ ਕਿੰਨਾ ਕੁ ਪਾਣੀ ਆਇਆ ਸੀ ਦਰਿਆ? ਬਹੁਤ ਪਾਣੀ ਆਇਆ ਹੋਇਆ ਬਾਈ, ਚਾਰੇ ਪਾਸੇ ਪਾਣੀ ਪਾਣੀ, ਮਿੱਟੀ ਵੀ ਆ ਨਿੰਮੇ, ਮਿੱਟੀ ਫਿਰਦੀ ਆ। ਹਾਂ, ਮਿੱਟੀ ਰੰਗੀ ਹੋਈ ਆ। ਅੱਛਾ, ਪਾਣੀ 'ਚ ਮਿੱਟੀ ਘੁਲੀ। ਉਹ ਨਿੰਮੇ ਬਾਈ ਦੀ ਨਾ ਛੋਟੀ ਭਤੀਜੀ ਆ ਗਈ ਉੱਧਰ। ਹਾਂਜੀ, ਆ ਗਿਆ 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 ਆਉਂਦਾ 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 ਆਉਂਦਾ। ਉਹ ਪਿੱਛੇ ਰਜਿੰਦਰ ਬਾਈ ਆ ਰਿਹਾ, ਹੋਰਨ ਮਾਰਿਆ ਬਾਈ, ਆਪਣੇ ਘਰ ਨੂੰ ਵੜ ਜਾ ਤੂੰ, ਵੜ ਗਿਆ ਆਪਣੇ ਘਰ ਨੂੰ, ਆਰਾ ਆ ਜਾ।
ਤੇ ਨਿਮਾ ਉਧਰ ਬਾਈ ਸਾਨੂੰ ਇਸ਼ਾਰਾ ਕਰਦਾ ਹਾਂ ਅਮਨੇ ਮੈਂ ਤਾਂ ਵੈਸੇ ਤੇਰਾ ਫੋਨ ਆਇਆ ਸੀ ਮੈਨੂੰ ਵੀ ਆ ਜਾ ਬਾਈ ਇੱਥੇ ਵੀਡੀਓ ਬਣਾ ਲੈਂਦੇ ਹਾਂ ਅਤੇ ਆਪਾਂ ਕਿਸੇ ਦਿਨ ਜਾਵਾਂਗੇ ਉੱਥੇ ਦਰਿਆ ਪਰ ਵੀਡੀਓ ਦੁਆਰਾ ਸ਼ੂਟ ਕਰਕੇ ਲਿਆ ਵਧੀਆ ਸਾਡੇ ਇੱਥੇ ਰੋਪੜ ਦੀ ਨਾ ਬਹੁਤ ਵਧੀਆ ਲੋਕੇਸ਼ਨ ਆ ਉਹ ਐਨ ਪੂਰਾ ਤੁਹਾਨੂੰ ਡਿਟੇਲ ਦਿਖਾਵਾਂ ਜਿਹੜਾ ਟਿੱਬੀ ਸਾਹਿਬ ਗੁਰਦੁਆਰਾ ਉਹ ਵੀ ਬਹੁਤ ਵਧੀਆ ਚੀਜ਼ ਹੈ ਨਾ ਭੀੜ ਭੂੜ ਹੈਗੀ ਉੱਥੇ ਉੱਥੇ ਤਾਂ ਬਹੁਤ ਭੀੜ ਸੀ ਨਾ ਉੱਥੇ ਤਾਂ ਹੈਗੀ ਨਾ ਦਰਿਆ ਪਰ ਪਰਲੀ ਸਾਈਡ ਨੂੰ ਲੋਕ ਪਾਣੀ ਹਾਂ ਬਾਈ ਇੱਦਾਂ ਝੰਡਾ ਲਾਈ ਫਿਰਦਾ ਉੱਧਰ ਰਸਮੁੰਡਾ ਜਿਹੜਾ ਪਾਣੀ ਉੱਪਰ ਨਾ ਪਹਾੜਾਂ ਵਿੱਚ ਪੈਂਦੇ ਨਾ ਪਹਾੜਾਂ ਦਾ ਮੀਂਹ ਨਾ ਜਿਹੜਾ ਪਹਾੜ ਪਾਂਡੂ ਜਾ ਕੇ ਕਹਿੰਦੇ ਪਣਾ ਨੀ ਕਹਿੰਦੇ ਆਪਾਂ ਪਣਾ ਜਿਹੜਾ ਆਪਣਾ ਉਹਨੂੰ ਲਾਉਂਦੇ ਚੁੱਲ੍ਹਿਆਂ ਨੂੰ ਲਾਉਂਦੇ ਹੈਗੇ ਉਹ ਚੀਜ਼ ਆ ਰਹੀ ਸੀ ਉੱਪਰੋਂ ਚਲੋ ਉਹਦਾ ਵੀ ਕਰਾਂਗੇ ਹੁਣ ਫਿਰ ਇਹ ਸੀ ਸਾਡੇ ਰੋਪੜ ਸ਼ਹਿਰ ਦੀਆਂ ਗੱਲਾਂ ਅੱਜ ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ।